ਪੰਜਾਬ ਦੇ ਵਿੱਚ ਇੱਕ ਪਿੰਡ ਆ ਕੋਟ ਦੁਨਾ। ਅੱਛਾ ਪ੍ਰੋਡਿਊਸਰ ਦਾ ਪਿੰਡ ਹੈ, ਬੋ ਤੋ ਪ੍ਰੋਡਿਊਸਰ ਕੋ ਉਠਾ ਲੈ ਕੇ ਆਤੇ ਹੈ? ਨਹੀਂ, ਪ੍ਰੋਡਿਊਸਰ ਕੋ ਨਹੀਂ ਉਠਾਣਾ, ਵੋ ਲੋਗੋ ਕਾ ਮਨੋਰੰਜਨ ਕਰਤਾ ਹੈ, ਉਸਕੋ ਹੱਥ ਨਹੀਂ ਲਗਾਣਾ। ਅੱਛਾ ਤੋ ਪ੍ਰੋਡਿਊਸਰ ਕੇ ਬੁੜੇ ਕੋ ਉਠਾ ਲੇਤੇ ਹੈ? ਹਾਂ, ਉਸਕੇ ਬੁੜੇ ਕੋ ਉਠਾ ਲੋ, ਉਸਕੇ ਦਾਦੇ ਕੋ ਉਠਾ ਲੋ, ਜੋ ਵੀ ਆ ਉਸਕਾ ਉਠਾ ਲੋ, ਪ੍ਰੋਡਿਊਸਰ ਕੋ ਨਹੀਂ ਉਠਾਣਾ। ਠੀਕ ਹੈ, ਅਬ ਮੈਂ ਤੁਮ ਬੰਦੋ ਕੀ ਲਿਸਟ ਬਤਾਤਾ ਹੂੰ। ਠੀਕ ਆ, ਪਹਿਲਾ ਆਦਮੀ ਹੈ ਕੁੜੁਚਦਾਸ। ਠੀਕ ਆ ਜੀ। ਦੂਸਰਾ ਹੈ ਮੇਗਰ ਸਿੰਘ। ਠੀਕ ਆ ਜੀ, ਮੇਗਰ ਸਿੰਘ ਲਿਖ ਲੋ, ਲਿਖ ਲਿਆ ਜੀ, ਯਾਦ ਹੈ ਹਮਾਰੇ। ਇੱਕ ਲਾਲਾ ਹੈ ਵਹਾਂ ਪੇ। ਅੱਛਾ, ਤਰਲੋਚਨ ਦਾਸ। ਅੱਛਾ, ਉਸਕੋ ਉਠਾ ਕੇ ਲਾਣਾ ਹੈ। ਠੀਕ ਆ ਜੀ, ਔਰ 17 ਬੰਦੇ ਕੀ ਲਿਸਟ ਮੈਂ ਤੁਮਕੋ ਦੇ ਦੂੰਗਾ, ਇਨ ਬੰਦੋ ਕੋ ਲਾਣਾ ਹੈ ਇੱਕ ਇੱਕ ਕਰਕੇ। ਠੀਕ ਆ ਜੀ। ਧਰਮਰਾਜ ਜੀ, ਇਸ ਵਾਰ ਤੁਸੀਂ ਸਾਨੂੰ ਬਹੁਤ ਵਧੀਆ ਕੀਤਾ, ਪੰਜਾਬ 'ਚ ਜੋ ਭੇਜ ਰਹੇ ਹੋ। ਪਹਿਲਾਂ ਤੁਸੀਂ ਸਾਨੂੰ ਬਿਹਾਰ 'ਚ ਭੇਜ ਰਹੇ ਸੀ, ਪਹਿਲਾਂ ਤਾਂ ਸਾਨੂੰ ਕੁੱਤੇ ਮਾਰਨੇ ਪੈਂਦੇ, ਸਾਡੇ ਪਿੱਛੇ ਕੁੱਤੇ ਪੈ ਜਾਂਦੇ ਸੀ, ਹੁਣ ਤੁਸੀਂ ਬਹੁਤ ਵਧੀਆ ਕੀਤਾ ਸੀ, ਪੰਜਾਬ ਜਾਵਾਂਗੇ, ਖੁਸ਼ੀ ਖੁਸ਼ੀ ਜਾਵਾਂਗੇ। ਇਸੇ ਲਈ ਤਾਂ ਤੁਹਾਨੂੰ ਪੰਜਾਬ ਭੇਜ ਰਿਹਾ, ਉੱਥੋਂ ਦੇ 17 ਬੰਦੇ ਨੇ, ਇਕੱਲੇ ਇਕੱਲੇ ਬੰਦੇ ਦੀ ਮੈਂ ਤੁਹਾਨੂੰ ਲਿਸਟ ਦਊਂਗਾ, ਇਕੱਲਾ ਇਕੱਲਾ ਬੰਦਾ ਲਿਆ ਕੇ ਸਾਡੇ ਕੋਲ ਨਰਕਾਂ 'ਚ ਸਿੱਟ ਦਿਓ, ਅਸੀਂ ਉਹਨੂੰ ਭੁੰਨ ਕੇ ਖਾਵਾਂਗੇ, ਫਿਰ ਹੋਰ ਬੰਦਾ ਲਈ ਚੱਲੋ ਇਕੱਲਾ ਇਕੱਲਾ। ਧਰਮਰਾਜ ਜੀ, 17 ਦੇ 17 ਨੂੰ ਇਕੱਠੇ ਨੂੰ ਚੱਕ ਲਈਏ। ਨਹੀਂ, 17 ਨੂੰ ਮੇਰਾ ਝੋਟਾ ਮਾਰਨਾ, ਅੱਜ ਤੁਹਾਡੇ ਢਿੱਡ ਨੇ ਤੁਸੀਂ ਪਹਿਲੇ ਝੋਟੇ ਤੇ 2 ਬੰਦੇ ਬੈਠੋਗੇ, 17 ਕਿਵੇਂ ਬਿਠਾਓਗੇ? ਠੀਕ ਹੈ ਜੀ, ਇਕੱਲੇ ਇਕੱਲੇ ਨੂੰ ਲਿਆਵਾਂਗੇ ਜੀ। ਇਕੱਲੇ ਇਕੱਲੇ ਨੂੰ ਲੈ ਕੇ ਆਉਣਾ, ਝੋਟੇ ਮੰਗ, ਜਿਹੜਾ ਬੰਦਾ ਸਹੀ ਸਲਾਮਤ ਆਉਂਦਾ ਹੈ ਉਹਨੂੰ ਤਾਂ ਝੋਟੇ ਤੋਂ ਉੱਪਰ ਬਿਠਾ ਲੈਣਾ, ਜਿਹੜਾ ਬੰਦਾ ਜ਼ਿਆਦਾ ਤੜਫੜ ਕਰਦਾ ਸੰਗਲ ਨਾਲ ਬੰਨ ਕੇ ਝੋਟੇ ਮਗਰ ਬੰਨ ਕੇ ਕਿਹੜੀ ਸਕੇ ਲੈ ਕੇ। ਠੀਕ ਹੈ ਜੀ, ਹਾਂ ਸਮਝ ਗਏ। ਠੀਕ ਹੈ ਜੀ। ਉਹੀ ਕਹਦੂ ਆਪਾਂ ਨੂੰ, ਉਹ ਤਾਂ ਆਪ ਉੱਥੇ ਬੈਠਾ ਜੀ, ਆਪ ਆਇਆ ਕਰੇ, ਉਹ ਫਿਰ ਪਤਾ ਲੱਗੇ ਉਰੇ ਆਏ ਤੂੰ। ਹੋਰ ਆਉਣ ਨਾਲੇ ਗੱਲ ਸੁਣ ਮੇਰੀ ਇੱਕ ਹੋਰ। ਹਾਂ ਹਾਂ, ਇਸ ਪਿੰਡ ਦੇ ਬੰਦੇ ਮੈਨੂੰ ਸਾਰੇ ਵਧੀਆ ਲੱਗਦੇ ਨੇ, ਬਹੁਤ ਵਧੀਆ ਬੰਦੇ ਨੇ ਇਸ ਪਿੰਡ ਦੇ। ਧਰਮਰਾਜ ਪਤਾ ਨਹੀਂ ਇਹਨੂੰ ਕਿਉਂ ਪਾਪੀ ਕਹਿੰਦਾ, ਪਤਾ ਨਹੀਂ ਕਿਉਂ ਕਹੀ ਜਾਂਦਾ, ਉਹਨੂੰ ਪਤੀ ਨਹੀਂ ਹੈਗਾ ਇੰਨਾ। ਹੈ ਨਹੀਂ ਨਾ, ਇਹ ਦੁਬਾਰਾ ਪਚੋਟਾ ਯਾਰ। ਸਹੀ ਗੱਲ ਆ, ਆਪਾਂ ਕਹਿ ਦਾਂਗੇ ਧਰਮਰਾਜ ਨੂੰ ਵੀ ਇਹ ਤਾਂ ਸਾਨੂੰ ਟਕਾਉਂਦਾ ਹੀ, ਇਹ ਤਾਂ ਭਾਈ ਸਮਗਰ ਭੱਜ ਜਾਂਦਾ। ਹੋਰ ਉਹਨੂੰ 2 ਵਾਰੀ ਫੜ ਕੇ ਲਿਆਂਦਾ। ਹੋਰ ਹਾਂ, ਧਰਮਰਾਜ ਨੂੰ ਕਹਾਂਗੇ ਸਾਨੂੰ ਕੋਈ ਵਧੀਆ ਚੀਜ਼ ਦੇ, ਇਹ ਤੁਰ ਕੇ ਤੁਰ ਕੇ ਆਇਆ ਕਰਾਂਗੇ ਯਾਰ। ਹਾਂ, ਜੋ ਤੁਰ ਕੇ ਆ ਕਰੂੰ। ਹਾਂ ਠੀਕ ਆ, ਹੋਰ ਕਹਾਂਗੇ ਉਹਨੂੰ ਵੀ ਇਹ ਚੀਜ਼ ਨਹੀਂ ਸਾਨੂੰ ਚਾਹੀਦੀ, ਇਹ ਤਾਂ ਤੁਰ ਕੇ ਆਇਆ ਕਰਾਂਗੇ। ਉਹੀ ਤਾਂ ਗੱਲ ਹੈ। ਹਾਂ, ਹੁਣ ਆਪਾਂ ਇਹਨੂੰ ਸਾਹਮਣੇ ਕੇ ਬੰਦੇ ਚੱਕ ਕੇ ਲੈ ਕੇ, ਉਹ ਤਾਂ ਟੌਰ ਨਾਲ ਬੈਠਾ ਉੱਥੇ, ਹੁਕਮ ਲਾਉਂਦਾ ਆਪਾਂ। ਹਾਂ, ਉੱਤੇ ਬਹਿ ਜਾ ਯਾਰ ਝੋਟੇ ਤੇ। ਉਹ ਉੱਤੇ ਕਾਹਨੂੰ ਬੈਠਣਾ ਯਾਰ, ਪਹਿਲਾਂ ਨੇ ਮੱਝ ਦੇ ਕੇ ਪਿੱਛੇ ਭੱਜ ਗਿਆ, ਹੋਰ 2 ਵਾਰੀ ਪਹਿਲਾਂ ਫੜ ਕੇ ਲਿਆਂਦਾ ਆਪਾਂ ਨੇ, ਹੁਣ ਨਹੀਂ ਉੱਪਰ ਬਹਿੰਦੇ, ਬਸ ਥੋੜੀ ਜਿਹੀ ਬੈਟਰੀ ਆਪਣੀ ਉਹ ਬਹਿ ਜਾ। ਮੈਨੂੰ ਲਾਇਆ ਲੱਗਦਾ ਵੀ ਹੋ ਉੱਥੇ ਜੀ ਆ ਬਸ। ਹਾਂ, ਹੁਣ ਆਪਾਂ ਨੇ ਚੱਕ ਕੇ ਲੈ ਜਾਣਾ ਬੰਦਾ, ਠੀਕ ਹੈ ਨਾ? ਤਾਂ ਨੇੜੀ ਆਉਣਾ ਮੈਂ ਜਦ ਆਖਦੇ ਨੇ, ਬਸ ਉਸ ਤੋਂ ਬਾਅਦ ਇਹਨੂੰ ਨਹੀਂ ਲੈ ਕੇ ਪਿੰਡਿਆਂ ਦਾ ਦੇਸਾਂ ਲੱਗ ਗਿਆ ਮੈਨੂੰ ਲੱਗਦਾ। ਧਰਮਰਾਜ ਨੂੰ ਹੀ ਕਹਿੰਦਾ 24 ਘੰਟੇ 'ਚ ਬੰਦਾ ਲਿਓ, 24 ਘੰਟਿਆਂ ਦਾ ਪਿੰਡ ਹੀ ਆਇਆ ਯਾਰ। ਹੋਰ ਭੋਸੜੀ ਤੋਂ ਵੀ ਬੈਠਾ ਉੱਥੇ ਆਉਂਦਾ ਹੋਰ ਯਾਰ, ਉਹਨੂੰ ਕਹਿੰਦੇ ਤੂੰ ਆ ਇੱਥੇ, ਫਿਰ ਤੈਨੂੰ ਪਤਾ ਲੱਗੂ। ਹਾਂ, ਉਹਨੂੰ ਲਿਆਵਾਂਗੇ ਇੱਕ ਦਿਨ ਨਾਲ ਖਿੱਚ ਭੈਣ ਜੀ, ਕੁੱਤੇ ਦਾ ਲੈਣਾ ਧਰਮਰਾਜ ਕਿੱਥੋਂ ਬੰਦਾ ਜਮਾ। ਹਾਂ, ਆ ਗੋਆ ਤਾਂ ਸਾਡੇ ਨਾਲ ਝੁੱਟ ਵੀ ਲੱਗਦਾ, ਇੱਧਰ ਹੀ ਗਿਆ ਲੱਗ। ਝੋਟਾ ਤਾਂ ਮੈਂ ਇਸ ਮਗਰ ਭੱਜ ਗਿਆ, ਮੈਂ ਸਾਰਾ ਪਿੰਡ ਭਾਲ ਲਿਆ, ਮੈਨੂੰ ਤਾਂ ਹੈ ਨੀ, ਮੈਂ ਤਾਂ ਥੱਕ ਹਾਰ ਕੇ ਆ ਗਿਆ।
ਅੱਛਾ ਹੋਰ ਹੁਣ ਆਪਾਂ ਨੂੰ ਧਰਮਰਾਜ ਗਾਲਾ ਕੱਢੂ ਉਹ ਤਾਂ ਕੱਢੂਗਾ ਜੀ ਹਾਂ ਨਾਲ ਹੀ ਨਾਲ ਤੇ ਬੰਦਾ ਬੰਦਾ ਲੱਭਿਆ ਨੀ ਬੰਦਾ ਕਿੱਥੋਂ ਲੱਭਾ ਮੈਂ ਤਾਂ ਝੋਟੇ ਮਾਗਰੀ ਫਿਰਦਾ ਰਿਹਾ ਅੱਛਾ ਸੱਚ ਝੋਟੇ ਤੋਂ ਗੱਲ ਯਾਦ ਇੱਕ ਹੋਰ ਅੱਜ ਨਾ ਮੈਂ ਇੱਕ ਨਵੀਂ ਚੀਜ਼ ਦੇਖੀ ਅੱਛਾ ਮੋਟਰ ਹਾਂ ਕਿਹੜੀ ਚੀਜ਼ ਆ ਉਹ ਕਾਲੀ ਜੀ ਆ ਜਿਹੜੀ ਆਪਣੇ ਧਰਮਰਾਜ ਕੋਲੇ ਬੋਕ ਨਹੀਂ ਹੈਗਾ ਉਹ ਰੰਗੀ ਜੀ ਆ ਫਿਰ ਆਪਾਂ ਧਰਮਰਾਜ ਤੋਂ ਬੋਕ ਲੈ ਲੈਨੇ ਆ ਉਹ ਨਹੀਂ ਉਹਦੇ ਪਿੱਛੇ ਬਹਿ ਕੇ ਨਾ ਜਦੋਂ ਆਪਣੇ ਪਿੱਛੇ ਬਹਿ ਜਾ ਕਰੇ ਆਪਾਂ ਨੂੰ ਖਿੱਚਦਾ ਕਰੇ ਉਹਦਾ ਭੱਜਦੀ ਵਾਲੀ ਆ ਝੋਟਾ ਉਹਦਾ ਦੁੱਗਣੀ ਪਾ ਤੇ ਜਿੰਨੇ ਮਰਜ਼ੀ ਬੰਦੇ ਚੱਕ ਕੇ ਲੈ ਜਲੇ ਆਪਾਂ ਹਾਂ ਨਾਲੇ ਨਾਲੇ ਧਰਮਰਾਜ ਕੋਲ ਆਪਾਂ ਧਰਮਰਾਜ ਨੂੰ ਅੱਜ ਕਿਨੇ ਨੂੰ ਲੈ ਕੇ ਦੇ ਚੱਲ ਤੇ ਉਹ ਕਹਿ ਦੇ ਨਾ ਧਰਮਰਾਜ ਨੂੰ ਹਾਂ ਨਾਲੇ ਬੰਦਾ ਇਧਰਲੀ ਸਾਈਡ ਹੀ ਆ ਮੈਂ ਇਧਰੋਂ ਹੀ ਭੱਜਿਆ ਫਿਰ ਕੰਮ ਲਿਆ ਮੰਗੂ ਇੱਧਰ ਦੇਖ ਲੈ ਹਾਂ ਚੱਲ ਆ ਜਾ ਆ ਜਾ ਆ ਜਾ ਸਾਰੀ ਦੁਨੀਆ ਜਾਣਦੀ ਆ ਅਸੀਂ ਨੇ ਕੱਲੇ ਕੱਲੇ ਬੰਦੇ ਨੂੰ ਲੈ ਕੇ ਜਾਣਾ ਇੱਥੋਂ ਸਮਝ ਗਿਆ ਤੇਰਾ ਨੰਬਰ ਲੱਗ ਚੁੱਕਿਆ ਕਾਹਦਾ ਨੰਬਰ ਤੈਨੂੰ ਅਸੀਂ ਲੈ ਕੇ ਨਾ ਤੇਰੀ ਆਤਮਾ ਕੱਢ ਕੇ ਲੈ ਕੇ ਜਾਣੀ ਆ ਧਰਮਰਾਜ ਕੋਲੇ ਤੇਰੇ ਕੋਲੇ ਇੱਕ ਘੰਟਾ ਬਸ ਉਹਦੇ ਵਿੱਚ ਆਪਦਾ ਟੱਟੀ ਟੁੱਟੀ ਕਰ ਲੈ ਕੇ ਰਾਹ ਚ ਕਰੀ ਜਾਵੇ ਤਾਰੇ 18 ਸਾਲ ਦੀ ਉਮਰ ਹੋਈ ਤੁਸੀਂ ਮੇਰੀ ਪਹਿਲੀ ਲੈਣ ਆ ਕੇ ਮੈਂ ਤਾਂ ਕੁਝ ਦੇਖਿਆ ਵੀ ਨੀ ਦੁਨੀਆਦਾਰੀ ਤੇ ਗੱਲ ਕਿਵੇਂ ਕਰਦਾ ਵਾ ਤੂੰ ਤੈਨੂੰ 5 ਮਿੰਟ ਵੀ ਨਹੀਂ ਦੇਣੇ ਅਸੀਂ ਹਾਂ ਨਾ ਨਾ ਉਹ ਸਾਡੇ ਬੁੱਢੇ ਨੂੰ ਲੈ ਲਓ ਬੁੱਢੇ ਨੂੰ ਕਿਵੇਂ ਲੈ ਜੇ ਨੰਬਰ ਤਾਂ ਤੇਰਾ ਲਗਾਇਆ ਸੀ ਕਿਸੇ ਬੰਦੇ ਨੂੰ ਲਿਆ ਸਕਦੇ ਉਹਦੀ 25 ਸਾਲ ਉਮਰ ਪਈ ਆ ਹਜੇ ਹਾਂ ਤੈਨੂੰ ਲੈ ਕੇ ਨਾ ਤੈਨੂੰ ਨਾਲ ਜਾਣਾ ਪਊ ਆਹ ਤਿਆਰ ਹੋ ਜਾ ਮਿੰਟ ਮਾਰ ਬਾਈ ਬਣ ਕੇ ਸਾਡੇ ਬੁੱਢੇ ਨੂੰ ਲੈ ਜਾ ਮੈਂ ਤਾਂ ਹਜੇ 18 ਸਾਲ ਦੀ ਉਮਰ ਹੋਈ ਆ ਉਹ ਪੈਂਦਾ ਦਾਰੂ ਬੈਠਾ ਪੀ ਜਾਂਦਾ ਰਹਿੰਦਾ ਸਾਰਾ ਦਿਨ ਘਰੇ ਤੂੰ ਬਹੁਤ ਪਾਪ ਕੀਤੇ ਨੇ ਸਮਝ ਗਿਆ ਨਾ ਧਰਮਰਾਜ ਕੋਲੇ ਕੱਲੀ ਕੱਲੀ ਡਿਟੇਲ ਆ ਤੁਹਾਡੇ ਬੁੱਢੇ ਨੇ ਬਹੁਤ ਪੁੰਨ ਦਾਨ ਕੀਤਾ ਕੱਲੀ ਦਾਰੂ ਪੀਂਦਾ ਫੇਰ ਕਿੱਡੀ ਗੱਲ ਆ ਤੂੰ ਲੋਕਾਂ ਨਾਲ ਠੱਗਿਆ ਮਾਗਾ ਤੈਨੂੰ ਲੈ ਕੇ ਜਾਵਾਂਗਾ ਅਸੀਂ ਕਿਸੇ ਨੂੰ ਨਹੀਂ ਲਿਆ ਸਕਦੇ ਸਾਨੂੰ ਉੱਪਰੋਂ ਕਿਹਾ ਵੀ ਉਹੀ ਬੰਦੇ ਨੂੰ ਲੈ ਕੇ ਨਾ ਘੁੱਚਦਾ ਸੁਣੀ ਕਿਉਂ ਜਾਂ ਜੁੱਤਾ ਗੁੱਸੇ ਹੁੰਦੇ ਹੋ ਆ ਜਾਓ ਤੁਹਾਨੂੰ ਕੁਛ ਖਵਾਉਣਾ ਪਿਆਉਣਾ ਅੰਦਰ ਆ ਜਾਓ ਅਸੀਂ ਨਹੀਂ ਆਉਂਦੇ ਇਸ ਤਰ੍ਹਾਂ ਇੱਥੇ ਖੜਾਂਗੇ ਬਾਈ ਬਾਈ ਕੇ ਪੈਰੀ ਹੱਥ ਲਾ ਦਿੰਦੇ ਅੰਦਰ ਆ ਜਾਓ ਨਹੀਂ ਆ ਜਾਓ ਆ ਜਾਓ ਚਾਹ ਬਾਲਾ ਕਹਿੰਦਾ ਇੱਥੇ ਖੜ ਜਾਂਦੇ ਆਪਾਂ ਉੱਚੀ ਬਜਾ ਉਹ ਜਾਂ ਜੁੱਤਾ ਤੁਹਾਨੂੰ ਅੰਦਰ ਕਿਹਾ ਅੰਦਰ ਆ ਜਾਓ ਪੱਖੇ ਥੱਲੇ ਬਿਠਾਉਂ ਤੁਹਾਨੂੰ ਪੁੱਛ ਲਿਆ ਤੇਰਾ ਕੀ ਪਤਾ ਭਾਜੇ ਪਹਿਲਾਂ ਸਾਡਾ ਝੋਟਾ ਭੱਜ ਗਿਆ ਅਸੀਂ ਨਹੀਂ ਆਉਂਦੇ ਇੱਥੇ ਲਿਆ ਜਿਹੜਾ ਸਮਾਨ ਲੈ ਕੇ ਆਉਣਾ ਤੇਰੇ ਕੋਲੇ ਘੰਟਾ ਇੱਕ ਹੀ ਰਹਿ ਗਿਆ ਬਸ ਸਮਝ ਗਿਆ ਭੈਣ ਚੋ ਦਾ ਨਾਲ ਆਲਾ ਜਾਮਦੂਤ ਚੁਗਲਖੋਰ ਹੈ ਪੀਣ ਨੂੰ ਤਾਂ ਨਸ਼ਾ ਤਾਂ ਮੇਰਾ ਵੀ ਕਰਨ ਨੂੰ ਜੀ ਕਰਦਾ ਜਿਹਨੇ ਭੈਣ ਚੋਦ ਨੇ ਧਰਮਰਾਜ ਕੋਲੇ ਜਾ ਕੇ ਚੁਗਲੀ ਕਰਤੀ ਧਰਮਰਾਜ ਤਾਂ ਮੇਰੀ ਗਾਂਢ ਹੀ ਗਾਂਢ ਕੁੱਟੂ ਨਾਲੇ ਭੈਣ ਚੋਦ ਮੇਰਾ ਪਕੌੜਾ ਬਣਾ ਕੇ ਖਾਜੂਗਾ ਜੇ ਇਹ ਪੀਲੇ ਪਹਿਲਾਂ ਤਾਂ ਬਹੁਤ ਵਧੀਆ ਹੋ ਜੇ ਆਪਾਂ ਦਾਰੂ ਪਹਿਲਾਂ ਪੀਲੀਏ ਧਰਮਰਾਜ ਨੂੰ ਦੱਸ ਦੇ ਰੱਬ ਕਿਤੇ ਛਿੱਤਰ ਪਵਾ ਦੇ ਆਪਣੇ ਜੇ ਪਹਿਲਾਂ ਇਹ ਦਾਰੂ ਪੀਲੇ ਕਾਣਾ ਹੋ ਜੇ ਤਾਂ ਆਪਣਾ ਨਜ਼ਾਰਾ ਆਜੂ ਆਪਾਂ ਵੀ ਨਸ਼ਾ ਕਰਕੇ ਦੇਖ ਲਾਂਗੇ ਅੱਜ ਫਿਰ ਤਾਂ ਨਜ਼ਾਰਾ ਫੁੱਲ ਆਊਗਾ ਆਪਾਂ ਜੇ ਦਾਰੂ ਪਹਿਲਾਂ ਪੀਲੇ ਨੂੰ ਕਾਣਾ ਕਰੀਏ ਕਿਸੇ ਹਿਸਾਬ ਨਾਲ ਕਰੀਏ ਕਾਣਾ ਇਹਨੂੰ ਪੁੱਛ ਦਿਆ ਪਾਵਾਂ ਗਲਾਸ 'ਚ ਨਾ ਨਾ ਮੈਂ ਨਹੀਂ ਨਸ਼ਾ ਨੂੰ ਕਰਦਾ ਦੇਖ ਲਾ ਪੀ ਕੇ ਨਾ ਨਾ ਪਾ ਦੇਣਾ ਨਹੀਂ ਯਾਰ ਚੱਲ ਜੇ ਨਹੀਂ ਪੀਂਦਾ ਤੂੰ ਪੀਲਾ ਨਾ ਨਾ ਮੈਂ ਨਹੀਂ ਪੀਂਦਾ ਉਹ ਪੀਲਾ ਬਾਈ ਮੇਰੇ ਭਾਈ ਸੀਰਾ ਚੀਜ਼ ਨਹੀਂ ਪੀਂਦਾ ਨਹੀਂ ਉਹ ਛੋਟੇ ਵਾਸਤੇ ਖਾਣ ਨੂੰ ਮੈਂ ਵਧੀਆ ਵਧੀਆ ਚੀਜ਼ਾਂ ਲੈ ਕੇ ਆਉਣਾ ਜੇ ਕੇ ਦੇ ਜੇ ਪੀਉ ਫੇਰ ਮੈਂ ਪੀਲੂੰਗਾ ਤੂੰ ਪੀਲਾ ਪਹਿਲਾਂ ਮੈਂ ਨਹੀਂ ਪੀਣੀ ਜੇ ਪੀਉ ਪਹਿਲਾਂ ਤੂੰ ਪੀਏਂਗਾ ਹਾਂ ਫੇਰ ਪੀਲੂੰਗਾ ਲੈ ਚੱਲ ਤੂੰ ਪੱਕਾ ਪੀਏਂਗਾ ਹਾਂ ਹਾਂ ਪੱਕਾ ਪੀਊਂਗਾ ਚੱਲ ਪੀ ਲੈ ਗੁਣਾ ਚੱਕ ਤੂੰ ਵੀ ਪੀਲਾ ਤੁਹਾਨੂੰ ਲਿਆਉਣਾ ਮੈਂ ਤਾਂ ਚੀਜ਼ ਤਾਂ ਕੌੜੀ ਜਿਹੀ ਥੋੜ੍ਹੀ ਲੱਗਦੀ ਵਧੀਆ ਕਿਉਂ ਹੁੰਦਾ ਸਵਾਦ
ਆ ਪੂਰੀਆਂ ਜਵਾਨ ਨੇ ਖਾਓ ਖਾਓ ਫਿਰ ਤੁਹਾਨੂੰ ਪੁੱਤਾ ਮੈਂ ਨਾ ਬੰਦੇ ਦਾ ਮੀਟੀ ਕੁਲਾਈ ਜਾਂਦਾ ਭੁੰਨ ਕੇ ਖਾ ਲਵਾ ਖਾ ਖਾਓ ਖਾਓ ਬੜੀਆਂ ਜਵਾਨ ਨੇ ਹਾਂ ਉਹ ਖੱਕ ਨੂੰ ਟੱਟੀ ਵੀ ਸੜੀ ਆਉਂਦੀ ਆ ਭੈਣ ਨੀ ਡੱਕ ਲਓ ਡੱਕ ਲਓ ਉਹ ਬੜੀ ਜਵਾਨ ਚੀਜ਼ ਲੈ ਜਾ ਤੁਹਾਡੇ ਵਾਸਤੇ ਇੱਕ ਚੀਜ਼ ਹੋਰ ਵੀ ਲਿਆਂਦੀ ਆ ਕੀ ਲਿਆਂਦਾ ਇਹ ਤੋਂ ਵੀ ਮਹਿੰਗੀ ਦਾਰੂ ਆ ਆ ਜਾਂਦੇ ਹੋਏ ਪੀ ਲਓ ਰਾਹ ਚ ਅੱਛਾ ਇਹ ਕਿੱਥੋਂ ਮਿਲਦੀ ਆ ਇਹ ਠੇਕੇ ਤੋਂ ਮਿਲਦੀ ਆ ਕਿੱਥੇ ਜਾ ਠੇਕਾ ਇਹ ਜਾਂਦੇ ਹੋਏ ਰਾਹ ਚ ਆਉਂਦਾ ਠੇਕਾ ਅੱਛਾ ਠੀਕ ਆ ਬਾਈ ਬਣ ਕੇ ਹੁਣ ਤਾਂ ਨਹੀਂ ਮੈਨੂੰ ਲੈ ਕੇ ਜਾਂਦੇ ਨਾ ਨਾ ਕਾਕਾ ਤੇਰਾ ਟਾਈਮ ਪੂਰਾ ਹੋ ਗਿਆ ਤੈਨੂੰ ਜਾਣਾ ਪਊ ਸਾਡੇ ਨਾਲ ਉਹ ਬਾਈ ਬਣ ਕੇ ਤੂੰ ਕਹਦੇ ਇਹਨੂੰ ਮੈਂ ਕਹਣਾ ਪੈਨੂੰ ਸੜ ਦਿੰਨੇ ਯਾਰ ਬੰਦਾ ਵਧੀਆ ਧਰਮਰਾਜ ਨੂੰ ਕੀ ਕਹੇਗਾ ਉੱਥੇ ਆਪਣੀ ਗਾਂਡੀ ਗਾਂਡ ਕੁੱਟੂ ਧਰਮਰਾਜ ਵੀ ਉਹ ਤਾਂ ਬੰਦਾ ਬਾਹਲਾ ਦਾਨੀ ਆ ਜੀ ਉਹ ਤਾਂ ਗਰੀਬ ਕੁੜੀਆਂ ਦੇ ਵਿਆਹ ਕਰੀ ਜਾਂਦਾ ਸੀਗਾ ਜੀ ਬਹੁਤ ਪੁੰਨ ਦਾਨ ਕਰਦਾ ਜੀ ਉਹਦਾ ਬੰਦਾ ਉਹਨੂੰ ਮਾਰ ਦਾਂਗੇ ਫਰੈਡ ਕੋਈ ਗੱਲ ਤੇਰੀ ਵੀ ਠੀਕ ਆ ਚੱਲ ਫਿਰ ਆਪੇ ਨੂੰ ਰਹਿਣ ਦਿੰਨੇ ਹੋਰ ਆਪਾਂ ਰਹਿਣ ਦਿੰਨੇ ਉਹਨੂੰ ਚੱਲ ਹੁਣ ਤਾਂ ਨਹੀਂ ਬਾਈ ਬਣ ਕੇ ਮੈਨੂੰ ਲੈ ਕੇ ਆਂਦੇ ਨਹੀਂ ਚੱਲ ਤੈਨੂੰ ਸੱਟ ਦਿੰਨੇ ਅਸੀਂ ਉਹ ਜਾਂਦੇ ਜਾਂਦੇ ਸਾਡੇ ਬੁੜੇ ਵੀ ਲੈ ਜਾਓ ਦਾਰੂ ਪੀ ਕੇ ਬਾਹਲਾ ਤੰਗ ਕਰਦਾ ਸਾਨੂੰ ਨਾ ਨਾ ਛੋਟੇ ਬੁੜੇ ਨੂੰ ਨਹੀਂ ਸੀ ਲੈ ਕੇ ਆਂਦੇ ਉਹਦੀ ਹਜੇ ਉਮਰ 25 ਸਾਲ ਤੋਂ ਬਾਅਦ ਲੈ ਕੇ ਜਾਵਾਂਗੇ ਉਹਨੂੰ ਚੱਲ ਫਿਰ ਆਪਾਂ ਚੱਲੀਏ ਹਾਂ ਨਿਕਲ ਕੇ ਘਰੇ ਚੱਲਦੇ ਹੁਣ ਆਪਾਂ ਸਾਰੇ ਜਵਾਕਾਂ ਦੀ ਪੜ੍ਹਾਈ ਖਰਾਬ ਕਰ ਦੇਗਾ ਆਪਾਂ ਤਾਂ ਕਰ ਆਪਾਂ ਤੁਹਾਨੂੰ ਧਰਮਰਾਜ ਕੋਲ ਚੱਲ ਨਾਲੇ ਆਪਾਂ ਤੋਂ ਸੈਨਿਕੋ ਜੀ ਧਰਮਰਾਜ ਦੇਖੋ ਜਮਦੂਤ ਆ ਰਹੇ ਨੇ ਕਿਸੇ ਪਾਸੇ ਨਹੀਂ ਧਰਮਰਾਜ ਕੋਈ ਨੀ ਆ ਰਹਾ ਹੈ ਭੈਣ ਚੋ 24 ਘੰਟੇ ਪੂਰੇ ਹੋ ਗਏ ਹਜੇ ਤੱਕ ਆ ਨਹੀਂ ਰਹੇ ਹੋ ਕੀ ਕਰਨ ਲੱਗ ਗਏ ਹੋ ਪਤਾ ਨਹੀਂ ਧਰਮਰਾਜ ਕਰ ਪੜਿਆ ਕੁਛ ਉਹ ਚੱਲੇ ਧਰਮਰਾਜ ਆਪਾਂ ਨੂੰ ਦੇਖ ਲਾਊਗਾ ਮੈਨੂੰ ਲੱਗਦਾ ਆ ਕਿ ਅਸੀਂ ਇਹੀ ਆ ਹੀ ਲੱਗਦਾ ਆ ਜਾ ਆ ਜਾ ਇਹ ਤੋਂ ਲੈਣਾ ਆਪਾਂ ਬੋਤਲ ਠੀਕ ਵਧੀਆ ਬੋਤਲ ਦੇ ਬਈ ਓਏ ਜੀ ਜੀ ਮਾਂ ਹੋ ਪਈਆ ਚਿੱਟੀ ਜੀ ਹੋਈ ਦੇ ਲਓ ਜੀ ਹਾਂ ਇਹ ਜੀ ਨਾ ਪੈਸੇ ਵੀ ਨੇ ਉਹ ਜੰਮ ਦਿੱਤਾ ਤਾਂ ਪੈਸੇ ਮੰਗਦਾ ਅਸੀਂ ਉਸ ਨਹੀਂ ਦਿੰਦੇ ਪੈਸੇ ਆ ਜਾ ਓਏ ਨਹੀਂ 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 ਹਾਂ ਚੱਲ ਮੈਂ ਤੈਨੂੰ ਐਂ ਕਹਿਣਾ ਵੀ ਬੋਤਲ ਜੀ ਤਾਂ ਆਪਾਂ ਉਰੀ ਲੁਕੋ ਜਾਂਦੇ ਆ ਹਾਂ ਹਾਂ ਉਰੀ ਲੁਕੋ ਦੇ ਹੋਰ ਹੁਣ ਲੁਕੋ ਦੇ ਕੱਲ ਨੂੰ ਕੰਮ ਦੇ ਦੂਗੀ ਲੁਕੋ ਦੇ ਲੁਕੋ ਦੇ ਠੀਕ ਆ ਕੱਲ ਨੂੰ ਆਪਾਂ ਉਰੀ ਆ ਕੇ ਚੱਕ ਲਾਂਗੇ ਠੀਕ ਆ ਚੱਲ ਆ ਜਾ ਭੈਣਾ ਧਰਮਰਾਜ ਆਪਾਂ ਨੂੰ ਗਾਲਾਂ ਕੱਢੂ ਹੋਰ ਉਹਨੂੰ ਝੋਟਾ ਦਾ ਗੁੰਮ ਹੋ ਗਿਆ ਝੋਟਾ ਗੁੰਮ ਹੋ ਗਿਆ ਕਹਿੰਦਾ ਉਹਨੂੰ ਕਹਿੰਦਾ ਮੈਂ ਮਗਰ ਭੱਜ ਗਿਆ ਤਾਂ ਮੇਰੀ ਢੂਣੀ ਤੋੜਤੀ ਯਾਰ ਨਾਲੇ ਮੈਂ ਬਈ ਤੇਰਾ ਨਾਲ ਉਂਟਾ ਹੈ ਸਾਡਾ ਝੋਟਾ ਆਪਦਾ ਜਿਵੇਂ ਮਰਜ਼ੀ ਕਹਿ ਦੀ ਕਹਿ ਦੀ ਮੈਂ ਕਹਿ ਦੂੰਗਾ ਧਰਮਰਾਜ ਨੂੰ ਮੈਂ ਕਹਿ ਦੂੰਗਾ ਜਿਹਦਾ ਭੱਜ ਗਿਆ Stay at home husbands are called How's husband's papa We call you guys boomers And what about women who don't want kids We call it their choice No For whatever holiday magic hits your floor Roomba is ready ਧਰਮਰਾਜ
ਧਰਮਰਾਜ ਜੀ, ਧਰਮਰਾਜ, ਜਮਦੂਤ ਆ ਗਏ, ਜਮਦੂਤ ਆ ਗਏ। ਓਹੋ, ਸਾਰੇ ਸੁਪਨੇ ਦੀ ਭੈਣ ਗੜਤੀ, ਭੈਣ ਚੁੱਦਾ। ਮਸਾਂ ਇੰਨਾ ਵਧੀਆ ਸੁਪਨਾ ਲੈ ਰਿਹਾ ਸੀਗਾ, ਹਾਏ ਵਿੱਚ ਹੀ ਛੜਾ ਤਾ ਕੰਮ। ਮਸਾਂ ਬਣਾਈ ਸੀ ਭੈਣ ਚੁੱਦਾ, ਤੇਰੇ ਕਿੰਨੇ ਵਾਰੀ ਕਹਿ ਜਾ ਮੈਂ ਸੁਪਨਾ ਲੈ ਰਹਿਣਾ, ਵਿੱਚ ਨਹੀਂ ਛੇੜਦਾ। ਮਾਫੀ ਧਰਮਰਾਜ। ਜਮਦੂਤ ਆ ਗਏ? ਹਾਂਜੀ ਆ ਗਏ। ਦੋ ਮਿੰਟ 'ਚ ਖੜ ਜਾਂਦੇ, ਮੁੰਡ ਪਾੜਦੇ ਸੀ, ਭੈਣ ਚੋ ਸੌਣ ਵੀ ਨਹੀਂ ਦਿੰਦੇ। ਹਾਏ ਓਏ, ਸੁਪਨਾ ਮੇਰਾ ਵਿੱਚ ਵਿਚਾਲੇ ਖਰਾਬ ਕਰਤਾ। ਸਾਣਕੋ ਜੀ, ਧਰਮਰਾਜ ਮੁਕਟ ਪੈਣਾ। ਉਹ ਬੰਦਾ ਬਹੁਤ ਵਧੀਆ ਜੀ, ਅਸੀਂ ਕੁੜੁੱਚ ਦੱਸ ਕੇ ਘਰੇ ਗਏ। ਉਹ ਬੰਦਾ ਇੰਨਾ ਵੱਡਾ ਦਾਨੀ ਆ, ਗਰੀਬਾਂ ਨੂੰ ਕੱਪੜੇ ਵੰਡ ਰਿਹਾ ਸੀ, ਗਰੀਬ ਕੁੜੀਆਂ ਦੇ ਵਿਆਹ ਕੀਤੇ ਉਹਨੇ, ਤੇ ਹੋਰ ਜਿਹੜੇ ਬੱਚੇ ਆਪਦੇ ਸਕੂਲ ਦੇ ਵਿੱਚ ਬੱਚੇ ਨਹੀਂ ਪੜ੍ਹਾ ਸਕਦੇ ਉਹਨਾਂ ਦੇ ਜਵਾਕ ਪੜ੍ਹਾਏ ਉਹਨੇ। ਉਹ ਤਾਂ ਬਹੁਤ ਦਾਨੀ ਬੰਦਾ, ਉਹਦੇ ਵਰਗਾ ਬੰਦਾ ਨਹੀਂ ਹੋਣਾ, ਬਹੁਤ ਨੇਕ ਦਿਲਾ ਜੀ ਉਹ ਤਾਂ ਬੰਦਾ। ਅੱਛਾ, ਹਾਂਜੀ, ਸੋਹਣਾ ਤਾਂ ਨਹੀਂ ਭੋਸਲੀ ਦਾ, ਤਾਂ ਬੜਾ ਵੱਡਾ ਪਾਪੀ ਸੀਗਾ। ਨਾ ਨਾ, ਪਹਿਲਾਂ ਪਾਪੀ ਹੋ ਸਕਦਾ ਸੀ, ਪਰ ਹੁਣ ਬੰਦਾ ਪੂਰਾ ਸੁਧਰ ਗਿਆ। ਮੈਂ ਇਹੀ ਚਾਹੁੰਦਾ ਵੀ ਉਹਨੂੰ ਘੱਟੋ ਘੱਟ 20-25 ਸਾਲ ਹੋਰ ਜਿਉਣ ਦਿੱਤਾ ਜਾਵੇ। ਚੱਲ ਕੜੋ ਚਦਾਸ ਤਾਂ ਛੱਡਿਆ ਤੁਸੀਂ, ਇੱਕ ਮੇਗਰ ਸਿੰਘ ਸੀਗਾ, ਉਹਨੂੰ ਕਿਉਂ ਨਹੀਂ ਲੈ ਕੇ? ਮੇਗਰ ਸਿੰਘ ਕੇ ਅਸੀਂ ਘਰੇ ਗਏ ਸੀ, ਮੇਗਰ ਸਿੰਘ ਆਪਦੇ ਬੱਚਿਆਂ ਦੀ ਫੀਸ ਭਰਨੇ ਗਿਆ ਸੀ ਸਕੂਲ ਦੇ ਵਿੱਚ। ਜੇ ਅਸੀਂ ਸਕੂਲ ਦੇ ਵਿੱਚ ਜਾਂਦੇ, ਇਹਨੂੰ ਦੇਖ ਕੇ ਸਾਰੇ ਜਵਾਕ ਭੱਜ ਜਾਂਦੇ, ਜਵਾਕਾਂ ਦੀ ਪੜ੍ਹਾਈ ਨਹੀਂ ਸੀ ਖਰਾਬ ਕਰਨੀ ਚਾਹੁੰਦੇ ਸੀ। ਅੱਛਾ, ਹਾਂਜੀ, ਇੱਕ ਉੱਥੇ ਤਰਲੋਚਨ ਦਾਸ ਲਾਲਾ ਸੀਗਾ, ਲਾਲਾ ਨੂੰ ਕਿਉਂ ਨਹੀਂ ਲੈ ਕੇ? ਤਰਲੋਚਨ ਦਾਸ ਉਸੇ ਕੋਟ ਦੇ ਪਿੰਡ ਵਿੱਚ ਹੀ ਲਾਲਾ ਸੀ ਇੱਕ। ਤਰਲੋਚਨ ਦਾਸ ਜੀ ਸਾਡੀ ਮੈਮਰੀ ਦੇ ਵਿੱਚੋਂ ਨਿਕਲ ਗਿਆ ਜੀ, ਭੁੱਲ ਗਏ। ਝੋਟਾ ਕਿੱਥੇ ਛੱਡੇ? ਝੋਟਾ ਇਹਨੂੰ ਪਤਾ ਜੀ। ਝੋਟਾ ਕਿੱਥੇ ਹੋਏ? ਝੋਟਾ ਤਾਂ ਮੈਂ ਸਮਾਗਰ ਭੱਜ ਗਿਆ ਜੀ। ਫਿਰ ਝੋਟਾ ਫੜ ਕੇ ਲਿਆਉਣਾ ਸੀ? ਝੋਟਾ ਇੱਥੇ ਆਈ ਨਹੀਂ ਜੀ, ਮੈਂ ਤਾਂ ਸਾਰਾ ਪਿੰਡ ਗਾਤਾ ਹੀ, ਥੱਕ ਹਾਰ ਕੇ ਮੁੜੇ ਸੀ ਤਾਂ। ਭੈਣ ਚੋਦੋ, ਤੁਸੀਂ ਨਾ ਕੋਈ ਬੰਦਾ ਲੈ ਕੇ ਆਇਓ, ਨਾ ਮੇਰਾ ਝੋਟਾ ਲੈ ਕੇ ਆਇਓ। ਕਸੂਰੀ ਇਹਦਾ ਵੀ ਨਹੀਂ ਹੈਗਾ ਜੀ, ਤੁਹਾਡਾ ਝੋਟਾ ਬਹੁਤ ਬੇਕਾਰ ਆ। ਉਹਦਾ ਪਹਿਲਾਂ ਤਾਂ ਮੱਝਾਂ ਪਿੱਛੇ ਭੱਜਿਆ ਕਰੇ ਸੀ, ਪਿੱਛੇ ਭੱਜ ਲਿਆ ਕਰੀ, ਦੋ ਤਿੰਨ ਵਾਰੀ ਇਹਨੂੰ ਸਿਰ ਤਾਂ ਵਿਚਾਰੇ ਨੇ ਢੂਹੀ ਤੋੜ ਦੇਣੀ ਸੀ। ਉਹਦਾ ਗੱਲ ਕਰ, ਇੰਨਾ ਬੇਕਾਰ ਝੋਟਾ ਸੀ ਨਹੀਂ ਲੈ ਕੇ ਜਾਂਦੇ, ਉਹ ਜਿਹਾ ਝੋਟਾ ਵਧੀਆ ਭੱਜ ਗਿਆ ਜੀ। ਸਾਨੂੰ ਤਾਂ ਉਹਨੂੰ ਕੋਈ ਹੋਰ ਚੀਜ਼ ਲੈ ਕੇ ਦਿਓ। ਭੈਣ ਚੋਦਾ ਝੋਟਾ ਮੈਂ ਮਸਾਂ ਮੰਗਾਇਆ ਸੀ ਬਹੁਤ ਦੂਰੋਂ, ਮੈਂ ਪੁੱਤਾਂ ਵਾਂਗੂ ਪਾੜਿਆ ਸੀ, ਮੇਰਾ ਝੋਟਾ ਛੱਡਿਆ ਤੁਸੀਂ, ਨਾਲ ਤੁਸੀਂ 4-5 ਦਿਨ ਲਾਇਆ, ਇੰਨੇ ਦਿਨ ਕੀ ਕਰਦੇ ਰਹੇ? ਦੇਖੋ ਜੀ, ਦਿਨ ਤਾਂ ਪਤਾ ਕਿਵੇਂ ਲੱਗੇ, ਪਹਿਲਾਂ ਤਾਂ ਇਹਦਾ ਐਡਾ ਵੱਡਾ ਢਿੱਡਾ, ਨਾ ਤਾਂ ਤੁਰਿਆ ਜਾਂਦਾ, ਕਦੇ ਕਿੱਥੇ ਖੜ ਗਿਆ, ਕਦੇ ਕਿੱਥੇ ਖੜ ਗਿਆ। ਪਹਿਲਾਂ ਦੋ ਦਿਨ ਤੁਹਾਡੇ ਝੋਟੇ ਨੇ ਸਾਡੇ ਖਰਾਬ ਕਰਤੇ, ਝੋਟੇ ਅਸੀਂ ਦੋ ਦਿਨ ਝੋਟਾ ਲੱਭੀ ਗਏ, ਝੋਟਾ ਹੀ ਪੂਰਾ ਫੁੱਲ ਲੱਭਿਆ, ਜਦੋਂ ਸਾਨੂੰ ਨਹੀਂ ਲੱਭਿਆ ਤੇ ਫਿਰ ਅਸੀਂ ਆ ਕੇ ਆਖੇ ਵੀ ਚਲੋ ਜੀ ਧਰਮਰਾਜ ਕੋਲੇ ਚੱਲਦੇ ਹਾਂ, ਵੀ ਗੁੱਸੇ ਹੋ ਰਿਹਾ ਹੋਊ ਵਿਚਾਰਾ। ਅੱਛਾ, ਅਸੀਂ ਆਏ ਫਿਰ ਹੌਲੀ ਹੌਲੀ ਡਿੱਗਦੇ ਢਹਿੰਦੇ ਅਸੀਂ, ਹਾਏ ਇੱਕ ਤਾਂ ਉੱਥੇ ਅਸੀਂ ਚੀਜ਼ ਦੇਖੀ ਮੋਟਰ, ਕਹਿੰਦੇ ਉਹਨੂੰ ਮੋਟਰ, ਉਹਦਾ ਸ਼ੁਕਰ ਆ ਵੀ ਸਾਨੂੰ ਉਹ ਛੱਡ ਕੇ ਸਾਨੂੰ ਉਹ ਲੈ ਕੇ ਦਿਓ, ਉਹਦਾ ਬੰਦੇ ਲੱਗੇ। ਜੇ ਤੁਸੀਂ ਸਾਨੂੰ ਕਿੰਨੇ ਮਰਜ਼ੀ ਬੰਦੇ ਕਹਿ ਦਿਆ ਕਰੋ, ਅਸੀਂ ਉਹਨੇ ਬੰਦੇ ਚੱਕ ਕੇ ਲੈ ਸਾਨੂੰ ਉਹ ਲੈ ਕੇ ਦਿਓ ਮੋਟਰ। ਉਹ ਨਾ ਉਹ ਕੀ ਹੁੰਦੀ ਆ ਮੋਟਰ? ਉਹ ਐਂ ਦੇ ਆ, ਛੋਟੇ ਹੈ ਤਾਂ ਝੋਟੇ ਰੰਗੇ ਦੇ ਸੀ, ਝੋਟੇ ਛੋਟੇ ਨਾਲ ਤੁੱਕ ਨਹੀਂ ਪਤਾ, ਝੋਟਾ ਜਮਾ ਫੁੱਦੂ ਸੀ ਉਹ, ਇਹਨਾਂ ਐਂ ਬੈਠੇ ਹੁੰਦੇ ਸੀ ਐਂ। ਅੱਛਾ, ਚਲਾਓ ਬੰਦਾ, ਪੰਜ ਬੰਦੇ ਐਂ ਬਹਿ ਕੇ ਐਂ ਭੱਜ ਲੈਂਦੇ ਕਿ ਐਂ। ਉਹ ਤਾਂ ਬਹੁਤ ਵਧੀਆ ਚੀਜ਼ ਆ ਜੀ, ਜੇ ਤੁਸੀਂ ਕਹੋ ਨਾ 60 ਬੰਦੇ ਚੱਕ ਲਏ, 60 ਦੇ ਵੀ 70 ਲੈ ਕੇ ਆਇਆ ਕਰਾਂਗਾ, ਉਹ ਚੀਜ਼ ਲੈ ਕੇ ਦਿਓ। ਨਹੀਂ, ਜਮਦੂਤਾਂ ਕੋਲ ਇੰਨੀਆਂ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ, ਜਮਦੂਤਾਂ ਕੋਲ ਸਿਰਫ ਝੋਟੇ ਹੀ ਹੁੰਦੇ ਨੇ। ਅਸੀਂ ਭੈਣ ਚੋਦੋ 4 ਦਿਨਾਂ ਦਾ ਅਸੀਂ ਅੱਗ ਮਚਾਈ ਜਾਂਦੇ ਹਾਂ, ਪਾਣੀ ਉਬਾਲ ਰੱਖਿਆ ਸੀਗਾ, ਸਾਰਾ ਮਸਾਲਾ ਤਿਆਰ ਸੀ, ਅਸੀਂ ਭੁੱਖੇ ਮਰੀ ਜਾਂਦੇ, ਤੁਸੀਂ ਸਾਨੂੰ ਆਇਆ ਸੀ ਕਿ ਬੰਦਾ ਲੈ ਕੇ ਆਓਗੇ, ਭੋਸੜੀ ਤੁਸੀਂ ਕੋਈ ਬੰਦਾ ਹੀ ਲੈ ਕੇ। ਹੁਣ ਅਸੀਂ ਕੀ ਕਰੀਏ ਜੀ, ਜੋ ਝੋਟਾ ਭੱਜ ਗਿਆ ਸਾਨੂੰ ਬੰਦੇ ਮਿਲੇ ਨਹੀਂ, ਉਹ ਬੰਦਾ ਬਹੁਤ ਇਮਾਨਦਾਰ ਸੀ, ਤਰਲੋਚਨ ਦਾਸ ਸਾਡੇ ਦਿਮਾਗ ਦੇ ਵਿੱਚੋਂ ਨਿਕਲ ਗਿਆ, ਅਸੀਂ ਹੁਣ ਲਿਆਵਾਂਗੇ ਜੀ ਤਰਲੋਚਨ ਦਾਸ ਨੂੰ। ਸਾਡੇ ਢਿੱਡ 'ਚ ਚੂਹੇ ਦੌੜ ਜਾਂਦੇ ਨੇ, 4 ਦਿਨ ਹੋ ਗਏ ਕੁਛ ਨਹੀਂ ਖਾਧਾ ਸੀ, ਹੁਣ ਜਾਓ ਦੁਬਾਰੇ ਵਾਪਸ, ਫਿਰ ਜਾਓ ਲਾਲਾ ਤਰਲੋਚਨ ਦਾਸ ਨੂੰ ਦੁਬਾਰੇ ਜਾ ਕੇ ਲੈ ਕੇ 24 ਘੰਟੇ ਦੇ ਅੰਦਰ ਹੁਣੀ ਜਾਈਏ ਜੀ। ਹਾਂ, ਹੁਣੀ ਅਸੀਂ ਕਿਵੇਂ ਜਾਈਏ, ਹੁਣ ਤਾਂ ਆਇਆ ਜੀ, ਜਾਂਦਾ ਨੂੰ ਫਿਰ ਕੋਈ ਚੀਜ਼ ਦਿਓ ਜੀ। ਤੁਰ ਕੇ ਜਾਓ, ਅਸੀਂ ਤੁਰ ਕੇ ਨਹੀਂ ਜਾਂਦੇ ਜੀ, ਸਾਨੂੰ ਤਾਂ ਬੋਕ ਦਿਓ ਜੀ ਤੁਹਾਡੇ ਵਾਲਾ। ਨਹੀਂ,
ਮੈਂ ਆਪਣਾ ਵੋਕ ਨਹੀਂ ਦੇ ਸਕਦਾ। ਆਖਰੇ ਭੈਣ ਚੋਂ ਤਾਂ ਮੈਂ ਗੇੜੀ ਛੇੜੀ ਲਾਉਣੀ ਰਾਉਂਡੀ ਛਾਉਂਡੀ ਕਿਵੇਂ ਲਾਉਂ ਮੈਂ? ਫਿਰ ਅਸੀਂ ਵੀ ਇੱਥੇ ਬੈਠੇ ਹੀ, ਅਸੀਂ ਵੀ ਨਹੀਂ ਜਾਂਦੇ ਫਿਰ, ਫਿਰ ਜਾਂਦੇ ਨੇ ਵੋਕ ਦਿਓ ਜੀ, ਜਾਂਦੇ ਨਹੀਂ ਤੁਸੀਂ ਕਿੱਥੇ ਜਾਵਾਂਗੇ? ਸੈਨਿਕੋ ਜੀ ਧਰਮਰਾਜ, ਚੱਕੋ ਭੈਣ ਚੋਂ ਕੜਾਹੀ ਛੱਡੋ। ਨਹੀਂ 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 ਧਰਮਰਾਜ ਜੀ, ਨਹੀਂ ਨਹੀਂ, ਅਸੀਂ ਚੌਵੀ ਅਸੀਂ ਵਾਅਦਾ ਕਰਦੇ ਤੁਹਾਡੇ 24 ਘੰਟੇ ਦੇ ਵਿੱਚ ਤਰਲੋਚਨ ਦਾਸ ਤੁਹਾਡੇ ਇੱਥੇ, ਸਾਨੂੰ ਪਲੀਜ਼ ਵੋਕ ਦੇ ਦਿਓ ਸਾਨੂੰ। ਪਹਿਲਾਂ ਤੁਸੀਂ ਉੱਥੇ ਮੇਰਾ ਝੋਟਾ ਛੱਡਿਆ, ਜਿਸ ਵਾਰ ਉੱਥੇ ਮੇਰਾ ਵੋਕ ਛੱਡਿਆ ਫਿਰ। ਨਹੀਂ ਧਰਮਰਾਜ ਜੀ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਅਸੀਂ ਤੁਹਾਡਾ ਵੋਕ ਨਾ ਲੈ ਕੇ ਮੈਂ ਨਾਲੇ ਤਰਲੋਚਨ ਦਾਸ ਨੂੰ ਮੈਂ ਘਰੀਸ ਕੇ ਆਪ ਲੈ ਕੇ ਆਉਂ, ਇਹ ਤੁਹਾਡੇ ਨਾਲ ਮੈਂ ਵਾਅਦਾ ਕਰਦਾ। ਜੇ ਨਾ ਲੈ ਕੇ ਇਸ ਨੂੰ ਕੜਾਹੀ ਛੱਡਾਂਗੇ ਹੁਣ ਸਰ? ਹਾਂਜੀ, ਛੱਡ ਲਓ ਕੜਾਹੀ ਦੇ ਵਿੱਚ ਸਾਨੂੰ ਦੋਨਾਂ ਨੂੰ। ਸੈਨਿਕੋ ਜੀ ਧਰਮਰਾਜ, ਵੋਕ ਦੇ ਦਿਓ ਇਹਨਾਂ ਨੂੰ ਆਪਣਾ। ਇਸ ਵਾਰ ਤਰਲੋਚਨ ਦਾਸ ਨਹੀਂ ਬਚਦਾ, ਚਲੋ ਖਿੱਚ ਪਿੱਛੋਂ ਵੋਕ ਜਾਓ। ਇੱਕ ਗੱਲ ਮੇਰੇ ਧਿਆਨ ਨਾਲ ਸੁਣ ਲਓ ਜੀ ਧਰਮਰਾਜ ਜੀ, ਇਹ ਵੋਕ ਦੀ ਅੱਖ ਵਿੱਚ ਇੱਕ ਅੱਖ ਮੇਰੀ ਹੈ, ਵੋਕ ਦੀ ਅੱਖ ਮੇਰੇ ਪਾਈ ਹੋਈ ਹੈ, ਮੇਰੀ ਅੱਖ ਵੋਕ ਦੇ ਪਾਈ ਹੋਈ ਹੈ। ਤੁਸੀਂ ਜਿਹੜੇ ਵੀ ਉੱਥੇ ਪੁੱਠੇ ਸਿੱਧੇ ਕੰਮ ਕਰਦੇ ਹੋ ਮੈਂ ਸਾਰਾ ਕੁਝ ਇੱਥੇ ਬੈਠਾ ਦੇਖੂੰਗਾ। ਮੈਨੂੰ ਪਤਾ ਉੱਥੇ ਤੁਸੀਂ ਕਿਹੜੀਆਂ ਰੰਗਲੀਆਂ ਬਣਾਉਂਦੇ ਹੋ। ਜਿਸ ਵਾਰ 24 ਘੰਟੇ ਦੇ ਵਿੱਚ ਵਿੱਚ ਬੰਦੇ ਨਾ ਲੈ ਕੇ ਆਏ ਤਾਂ ਤੁਹਾਨੂੰ ਭੁੰਨ ਕੇ ਇੱਥੇ ਪਕੌੜਾ ਬਣਾ ਕੇ ਖਾਵਾਂਗੇ ਅਸੀਂ। ਜੀ ਧਰਮਰਾਜ, ਸਾਨੂੰ ਆਗਿਆ ਦੀਜੀਏ। ਚਲੋ 24 ਘੰਟੇ ਦੇ ਅੰਦਰ ਅੰਦਰ ਮੇਰੇ ਕੋਲ ਤਰਲੋਚਨ ਦਾਸ ਚਾਹੀਦਾ। ਤੁਹਾਡੇ ਨਾਲ 24 ਘੰਟੇ 23 ਘੰਟੇ ਦੇ ਵਿੱਚ ਤੇ ਤਰਲੋਚਨ ਦਾਸ ਹੋਊ। ਚਲੋ ਕਰੀਮ ਵਾਲੇ, ਤੇ ਨਮਕੀਨ ਲੈਣੇ ਆ। ਨਮਕੀਨ ਦੇ ਦੇਈ। ਹਲੇ ਕੋਈ ਵਧੀਆ ਚਲੇ ਪੂਰੇ। ਕਿੰਨੇ ਦਾ ਜੀ? ਇਹ 12 ਰੁਪਈਆਂ ਦਾ ਪੈਕਟ ਹੈ। ਦੂਜੀ ਦੁਕਾਨ ਵਾਲੇ ਤਾਂ 10 ਰੁਪਏ ਦਾ ਦਿੰਦੇ ਆ ਤੇ ਤੂੰ ਠੱਗ ਹੈ। ਓ ਨਹੀਂ ਭਾਈ, ਇਹ ਤਾਂ 12 ਰੁਪਈਆਂ ਦਾ ਬਦਲਾ, ਅਸੀਂ ਲੱਗੇ ਰੇਟ ਲਾਉਂਦੇ ਨੇ ਤੈਨੂੰ। ਲੱਗੇ ਰੇਟ ਨਹੀਂ ਲਾਉਂਦਾ ਜੀ, 10 ਰੁਪਏ ਦਾ ਦੂਸਰੀ ਦੁਕਾਨ ਤੇ ਦਿੰਦੇ ਆ। ਪੂਰੇ ਵਧੀਆ ਚਾਹੇ। ਚੰਗਾ ਫਿਰ ਦੇ ਦੋ। ਲੈ ਲੈ, ਅਸੀਂ ਕਹਿੰਦੇ ਠੱਗਦੇ ਆ ਦੋਨੋਂ।